ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸਰਬੱਤ ਸੰਗਤਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਸੇਵਕ ਜਥਾ ਇਸ਼ਨਾਲ ਵੱਲੋਂ ਸੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਅੱਜ ਮਹਾਨ ਪਵਿੱਤਰ ਦਿਨ ਹੈ ਇਸ ਦਿਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਦੇ ਮਹਾਂਪਰਕ ਅਨਸਾਰ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰਸਾ ਵੱਲੋਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਅਤੇ ਧੰਨਵਾਦ ਹੈ ਸਾਰੀਆਂ ਸੰਗਤਾਂ ਵੱਲੋਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਖਾਲਸਾ ਗੁਰੂ ਅਰਜਨ ਕਰ ਗੁਰੂ ਰਾਮਦਾਸ ਭਗਤ ਉਤਰਿਆਓ ਧੰਗੂ ਅਰਜਨ ਦੇ ਮਹਾਰਾਜ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਜਿਨ੍ਹਾਂ ਨੇ ਅੱਜ ਅੱਜ ਦੇ ਦਿਨਾਂ ਵਿਖਮ ਵਾਸਤੇ ਇੱਕ ਮਹਾਨ ਗ੍ਰੰਥ ਜੋ ਹੈ ਉਹ ਤਿਆਰ ਕਰਵਾਇਆ ਜਿਨ੍ਹਾਂ ਦੇ ਵਿੱਚ ਵੱਖ-ਵੱਖ ਗੁਰੂ ਸਹਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਇੱਕ ਰੂਪ ਦੇ ਕੇ ਜਿਨ੍ਹਾਂ ਨੂੰ ਬਾਅਦ ਤਨਗੁਰ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਦਾ ਦਰਜਾ ਦੇ ਕੇ ਅੱਜ ਜਿਨ੍ਹਾਂ ਦੀ ਛਤਰ ਛਾਇਆ ਦੇ ਹੇਠ ਅਸੀਂ ਸਾਰੀ ਸਿੱਖ ਕੌਮ ਕੀ ਕੁੱਲ ਕਾਇਨਾਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਤਮਸਤਕ ਹੋ ਕੇ ਖੁਸ਼ੀਆਂ ਲੈਂਦੀ ਹੈ ਉਹਨਾਂ ਦੇ ਤਨਗੁਰ ਅਰਜਨ ਦੇਵ ਮਹਾਰਾਜ ਜੀ ਦੇ ਅੱਜ ਅਵਤਾਰ ਗੁਰਪੁਰਬ ਹਨ ਸਮੂਚੀ ਸਿੱਖ ਸੰਗਤ ਨੂੰ ਗੁਰਦਾਨਕ ਦਾਮਦੇਵਾਂ ਨੂੰ ਲੱਖ ਲੱਖ ਕਰੋੜ ਕਰੋੜ ਬਿਨਤ ਬਿਨਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਪਾਲ ਸਿੰਘ ਸੇਵਾਦਾਰ ਗੁਰਦੁਆਰਾ ਸੰਤੋਖ ਸਰ ਸਾਹਿਬ ਜਿਸ ਤਰ੍ਹਾਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਜੀ ਦੀ ਬਾਣੀ ਅਨੁਸਾਰ ਧੰਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ऐसे दीनदयाल चौथे बादशाह साहिब श्री गुरु रामदास जी महाराज जी ਦੇ ਸੁਪੁੱਤਰ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ श्री गुरु अर्जुन देव जी महाराज जी ਦਾ ਅੱਜ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤੋਖਸਰ ਵਿਖੇ ਗੁਰਦੁਆਰਾ ਸੰਤੋਖਸਰ 48 ਸਾਹਿਬ ਵਿਖੇ ਜਿੱਥੇ ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਪੁਰਬ ਸਤਗੁਰਾਂ ਜੀ ਦਾ ਮਨਾ ਰਹੀਆਂ ਹਨ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਚਖੰਡ ਮੈਂਜਰ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਗੁਰਾਂ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸੰਤੋਖ ਸਾਹਿਬ ਜੀ ਦੀ ਸੇਵਾ ਆਰੰਭ ਕੀਤੀ ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਸਰੋਵਰ ਦੀ ਸੇਵਾ ਨੂੰ ਸੰਪੂਰਨ ਕੀਤਾ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਸੰਪੂਰਨ ਕੀਤਾ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਜੋ ਸਰੋਵਰਦੀ ਸੇਵਾ ਵਿੱਚ ਰਹਿ ਗਈ ਸੀ ਉਹਨੂੰ ਸੇਵਾ ਨੂੰ ਕੰਪਲੀਟ ਕਰਾਰੇ ਸਨ ਉਸ ਦੇ ਵਿੱਚੋਂ ਇੱਕ ਮੱਠ ਨਿਕਲਿਆ ਸਰੋਵਰ ਦੀ ਖੁਦਾਈ ਦੌਰਾਨ ਸੰਗਤਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਤਾਂ ਸਰੋਵਰ ਦੀ ਸੇਵਾ ਕਰ ਰਹੀਆਂ ਸਨ ਸੇਵਾ ਦੌਰਾਨ ਇੱਕ ਸੋਰ ਵਿੱਚੋਂ ਮੱਠ ਨਿਕਲਿਆ ਹੈ ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗੁਰਦੁਆਰਾ ਸਾਹਿਬ ਜਿੱਕ ਇਤਿਹਾਸਕ ਟਾਲੀ ਦਾ ਦਰਖਤ ਹੁੰਦਾ ਸੀ ਉਸ ਤੇਲੇ ਬੈਠਿਆ ਕਰਦੇ ਸਨ ਉਥੇ ਬੈਠ ਰਹੇ ਸਨ ਸੰਗਤਾਂ ਨੂੰ ਉਪਦੇਸ਼ ਉਪਦੇਸ਼ ਦੇ ਰਹੇ ਸਨ ਸੰਗਤਾਂ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਦੱਸਿਆ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜੀ ਸੰਗਤ ਸਮੇਤ ਉਸ ਅਸਥਾਨ ਤੇ ਗਏ ਜਿੱਥੇ ਉਹ ਮੱਠ ਨਿਕਲਿਆ ਸੀ ਜਾ ਕੇ ਕੀ ਵੇਖਦੇ ਹਨ ਕਿ ਉਸ ਮਠ ਦੇ ਵਿੱਚ ਇੱਕ ਜੋਗੀ ਬੈਠਾ ਹੈ ਜਿਸ ਨੇ ਆਪਣੇ ਦੁਆ ਸਵਾਸਨ 10ਵੇਂ ਦੁਆਰ ਚੜਾਏ ਹੋਏ ਹਨ ਭਗਤੀ ਵਿੱਚ ਲੀਨ ਹੈ ਸਤਗੁਰਾਂ ਜੀ ਨੇ ਸੰਗਤਾਂ ਨੂੰ ਕਿਹਾ ਕਿ ਜਾਓ ਜਾ ਕੇ ਮੱਖਣ ਲਿਆਂਦਾ ਜਾਵੇ ਇਸ ਜੋਗੀ ਦੀਆਂ ਹੱਥਾਂ ਪੈਰਾਂ ਦੀਆਂ ਤਲੀਆਂ ਚਸੀਆਂ ਜਾਣ ਜੋ ਇਸ ਦੇ ਸਵਾਸ 10ਵੇਂ ਦੁਆਰ ਚੜਾਏ ਹੋਏ ਹਨ ਇਸ ਨੂੰ ਥੱਲੇ ਤਾਰਿਆ ਜਾਵੇ ਇਸ ਤਰ੍ਹਾਂ ਹੀ ਹੋਇਆ ਸਤਗੁਰਾਂ ਜੀ ਦੇ ਕਹਿਣ ਮੁਤਾਬਕ ਮੱਖਣ ਲਿਆਂਦਾ ਗਿਆ ਜੋਗੀ ਦੇ ਹੱਥਾਂ ਪੈਰਾਂ ਦੀਆਂ ਤਲੀਆਂ ਚਸੀਆਂ ਗਈਆਂ ਫਿਰ ਜੋਗੀ ਨੇ ਸਤਗੁਰਾਂ ਜੀ ਨੂੰ ਕਿਹਾ ਸਤਗੁਰੂ ਜੀ ਇਹ ਕਿਹੜਾ ਸਮਾਂ ਚੱਲ ਰਿਹਾ ਹੈ ਸਤਗੁਰੂ ਜੀ ਕਹਿਣ ਲੱਗੇ ਵੀ ਇਹ ਕਲ ਯੁਗ ਦਾ ਸਮਾਂ ਚੱਲ ਰਿਹਾ ਹੈ ਜੋਗੀ ਕਹਿਣ ਲੱਗਾ ਸਤਗੁਰੂ ਜੀ ਮੈਂ ਆਪਣੇ ਗੁਰੂ ਦੇ ਕਹਿਣ ਵਾਸਤੇ ਆਪਣੇ ਧਾਰ ਵਾਸਤੇ ਇਸ ਪਾਵਨ ਪਿੱਤਰ ਸਥਾਨ ਤੇ ਬੈਠ ਕੇ ਭਗਤੀ ਕੀਤੀ ਮੇਰੇ ਗੁਰੂ ਨੇ ਕਿਹਾ ਕਿ ਗੁਰੂ ਨਾਨਕ ਪਾਸ਼ਾ ਦੀ ਪੰਜਵੀਂ ਜੋਤ ਇਸ ਸਥਾਨ ਤੇ ਆਉਣਗੇ ਉਹੀ ਤੇਰਾ ਆਧਾਰ ਕਰਨਗੇ ਦੱਸੋ ਆਪ ਕੌਣ ਹੋ ਤਾਂ ਸਤਗੁਰਾਂ ਜੀ ਨੇ ਜਿਸ ਤਰ੍ਹਾਂ ਗੁਰਬਾਣੀ ਵਿੱਚ ਦਰਜ ਹੈ ਜਿਸ ਤਰ੍ਹਾਂ ਕਿ ਸਤਗੁਰਾਂ ਜੀ ਦੀ ਗੁਰਬਾਣੀ ਵਿੱਚ ਵੀ ਦਰਜ ਹੈ ਕਿ ਜੋ ਇੱਕ ਪੰਕਤੀ ਆਉਂਦੀ ਹੈ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਏਖ ਦਿਖਲਾਈ ਇਹ ਜੋ ਸ਼ਬਦ ਹੈ ਸਤਗੁਰਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਪਿੱਤਰ ਸਥਾਨ ਤੇ ਬੈਠ ਕੇ ਚਾਰਿਆ ਉਸ ਜੋਗੀ ਦਾ ਉਦਾਰ ਕੀਤਾ ਜੋਗੀ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਆਪਣੇ ਉਦਾਰ ਵਾਸਤੇ ਇਸ ਥਾਂ ਤੇ ਬੈਠ ਕੇ ਭਗਤੀ ਕੀਤੀ ਮੇਰਾ ਵੀ ਸੰਸਾਰ ਤੇ ਨਾਮ ਰਹਿਣਾ ਚਾਹੀਦਾ ਹੈ ਸਤਗੁਰੂ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਜੋਗੀ ਜੀ ਜਿਸ ਸਥਾਨ ਤੇ ਤੁਸੀਂ ਬੈਠ ਕੇ ਸਬਰ ਸੰਤੋਖ ਨਾਲ ਭਗਤੀ ਕੀਤੀ ਹੈ ਇਸ ਸਥਾਨ ਤੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਇਸ ਤੇ ਸਰੋਵਰ ਬਣਾ ਹੈ ਇਸ ਜਗ੍ਹਾ ਉੱਪਰ ਸੋ ਅੱਜ ਤੋਂ ਤੁਸੀਂ ਸੰਤੋਖ ਰੱਖ ਕੇ ਭਗਤੀ ਕੀਤੀ ਹੈ ਅੱਜ ਤੋਂ ਇਹ ਜੋ ਸਰੋਵਰ ਹੈ ਆਪ ਜੀ ਦੇ ਨਾਮ ਨਾਲ ਪ੍ਰਸਿੱਧ ਹੋਵੇਗਾ ਇਸ ਸਰੋਵਰ ਦਾ ਨਾਮ ਸੰਤੋਖ ਸਰ ਹੈ ਗੁਰਦੁਆਰਾ ਸਾਹਿਬ ਦਾ ਨਾਮ ਟਾਲੀ ਸਾਹਿਬ ਹੈ ਜੋ ਸੰਗਤਾਂ ਸਤਗੁਰਾਂ ਜੀ ਦੇ ਜੋ ਇਸ ਪਾਵਨ ਪਿਤ੍ਰ ਸਰੋਵਰ ਵਿੱਚ ਜਿਨ੍ਹਾਂ ਨੂੰ ਸੰਤੋਖ ਦੀ ਦਾਤ ਨਹੀਂ ਪ੍ਰਾਪਤ ਹੁੰਦੀ ਜਿਸ ਤਰ੍ਹਾਂ ਬੱਚੇ ਹਨ ਮਾਵਾਂ ਹਨ ਜਾਂ ਕੋਈ ਵੀਰ ਹਨ ਜਿਨ੍ਹਾਂ ਨੂੰ ਸੰਤੋਖ ਦੀ ਦਾਤ ਨਹੀਂ ਪ੍ਰਾਪਤ ਹੁੰਦੀ ਇਸ ਸਥਾਨ ਤੇ ਬੈਠ ਆ ਕੇ ਸਰੂਰ ਵਿੱਚ ਇਸ਼ਨਾਨ ਕਰਦੇ ਹੋ ਉਹਨਾਂ ਨੂੰ ਸਬਰ ਸਿੱਧਕ ਸੰਤੋਖ ਦੀ ਦਾਤ ਪ੍ਰਾਪਤ ਹੁੰਦੀ ਹੈ ਸੋ ਸਤਿਗੁਰਾਂ ਜੀ ਦਾ ਪਾਵਨ ਪਿੱਤਰ ਪ੍ਰਕਾਸ਼ਪੁਰਬ ਬੜੀ ਬੜੀ ਸ਼ਰਦਾ ਦੇ ਨਾਲ ਇਥੋਂ ਦੇ ਮੁੱਖ ਗ੍ਰੰਥੀ ਬਾਬਾ ਬਲਬੀਰ ਸਿੰਘ ਜੀ ਵੱਲੋਂ ਅਤੇ ਇਸ ਤੋਂ ਦੇ ਸੇਵਾਦਾਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਕ ਜਥਾ ਇਸ਼ਨਾਨ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਗੁਰੂ ਕੇ ਲੰਗਰ ਛਕ ਰਹੀਆਂ ਹਨ ਗੁਰੂ ਕੇ ਦਸਗਾਰੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ